बंसल साहब देखो जानना चाहते हैं कि तुम यह निराधर क्यों कर रहे हो, क्योंकि उन्होंने इल्जाम लगाया कि भगत सिंह का निराधर है। तो दूजा पॉइंट जो सब तो अहम है कि पंजाबी अमन शांति के खिलाफ इस तरीके दी स्टेटमेंट्स हैं या फिर इस तरीके दी जिहड़ियां चर्चावां ने कि इस दे नाल पंजाब दी अमन शांति भंग हो सकती है। देखो अमन शांति वाला जवाब तो तुसीं देता भी तुसीं कहा कि बहुत गिणती लोग तो भगत सिंह नूं चाहुंदे ने, फिर अमन शांति किवें खराब होगी यह तुसीं कहा जवाब दे विच। फिर अमन कानून शांति तो भंग हो ही नहीं रही, पर पहला गल आई सी के भीम राव अंबेडकर दी, हुण भगत सिंह दा जिहड़ा फांसी चढ़ना है वह उहदा थोड़ा जिहा पिछोकड़ तो देख लो ना, वह लाला लाजपत राय की मौत करके गुस्से च आके उन्होंने पुलिस अफसर नूं ते चंदन सिंह नूं मारिया, जबकि जबकि लाला लाजपत राय अंबेडकर साहब के उल्ट जा रहे थे। अंबेडकर साहब कह रहे थे कि साइमन कमीशन नूं आण दो, लाला जी कहिंदे सी नहीं आण देना, ते भगत सिंह लाला जी की सपोर्ट करते सी। सो ये सारिया गल्लां क्यों यार इस वारस बन के बैठ गए, सवाल चुक दिने कि जो भगत सिंह उस समय कर रहे अंग्रेजा के खिलाफ सी, नहीं एक एक चीज सर अंग्रेजा के खिलाफ सी, हिंदुस्तान भारत की आजादी के लिए सी, उस दे विच तां कोई दो राय नहीं है कि जो भगत सिंह कर रहा है अंग्रेजों के खिलाफ सी, जो भगत सिंह ने किया भारत दे लई इंडियन इंडियन मेजोरिटी सिखा नूं दबा के रखना चाहती है, तो उन्हों का हीरो भगत सिंह है, वह साढ़े 47 तो पहला दे शहीद ते 47 दे बाद दे शहीदों नूं केवल भगत सिंह नाल दबाना चाहते ने, असीं इह होण नहीं देणा। किहड़े शहीद दब 47 तो पहला वाले शहीद दसो कि नाम दब गया, बहुत सारे जिन्हों का जिक्र हुंदा है ਕਿਨਾਂ ਦਾ ਨਾਮ ਦਾ ਜ਼ਿਕਰ ਨਹੀਂ ਹੁੰਦਾ, ਸਭ ਦਾ ਜ਼ਿਕਰ ਹੁੰਦਾ ਹੈ। ਭਗਤ ਸਿੰਘ ਹੋਰਾਂ ਨੇ ਫਾਂਸੀ ਦਾ ਬੰਦਾ ਚੁੰਮਿਆ ਤਾਂ ਹੋ ਸਕਦਾ ਕਿ ਉਹਨਾਂ ਦਾ ਜ਼ਿਕਰ ਜ਼ਿਆਦਾ ਹੁੰਦਾ ਹੋਵੇ। ਜਿਸ ਤਰ੍ਹਾਂ ਭਗਤ ਸਿੰਘ ਦਾ ਨਾਮ ਲਿੱਤਾ ਜਾਂਦਾ ਹੈ ਜੀ ਤੇ ਅੱਜ ਡਿਬੇਟਾਂ ਹੋ ਰਹੀਆਂ ਨੇ, ਉਦਾਂ ਜਿਹੜੇ ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਬੱਬਰ ਅਕਾਲੀ ਲਹਿਰ, ਉਹਨਾਂ ਦਾ ਜ਼ਿਕਰ ਕਿਉਂ ਨਹੀਂ ਹੁੰਦਾ? ਨਹੀਂ ਹੁੰਦਾ ਸਰ, ਕਿਉਂ ਨਹੀਂ ਹੁੰਦਾ? ਉਸ ਇੱਕ ਨਹੀਂ ਹੁੰਦਾ ਸਰ, ਹੁੰਦਾ ਮੇਰੀ ਗੱਲ ਕਰਤਾਰ ਸਿੰਘ ਸਰਾਭਾ ਦਾ ਜ਼ਿਕਰ ਕਿਉਂ ਨਹੀਂ ਹੁੰਦਾ? ਦੱਸੋ ਮੈਨੂੰ ਕਿੱਥੇ ਨਹੀਂ ਹੁੰਦਾ? ਮੇਰੀ ਗੱਲ ਚੰਦਰਸ਼ੇਖਰ ਆਜ਼ਾਦ ਦਾ ਜ਼ਿਕਰ ਕਿੱਥੇ ਨਹੀਂ ਹੁੰਦਾ? ਇਹ ਸਾਰੀ ਦੁਨੀਆ ਨੂੰ ਪਤਾ ਹੈ, ਜਿਨ੍ਹਾਂ ਲਈ ਮੈਂ ਇਹ ਕਹਿ ਰਿਹਾ ਉਹਨਾਂ ਨੂੰ ਪਤਾ ਸਾਰੀ ਗੱਲ ਦਾ। ਦੂਜੀ ਗੱਲ, 47 ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਸ਼ਹੀਦ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਅਤੇ ਹੋਰ ਸਾਡੇ ਸਾਰੇ ਖਾੜਕੂ ਸ਼ਹੀਦ, ਉਹਨਾਂ ਦਾ ਜ਼ਿਕਰ ਜਦ ਤੱਕ ਅੱਤਵਾਦੀ ਇਹ ਕਹਿਣਗੇ ਅਸੀਂ ਭਗਤ ਸਿੰਘ ਨੂੰ ਅੱਤਵਾਦੀ ਕਹਾਂਗੇ ਕਹਾਂਗੇ। ਨਹੀਂ ਤੁਸੀਂ ਇੱਕ ਤਾਂ ਕੰਪੇਅਰ ਨਾ ਕਰੋ ਸਰ, 47 ਤੋਂ ਪਹਿਲਾਂ ਔਰ 47 ਤੋਂ ਬਾਅਦ ਵਾਲੇ ਹਾਲਾਤ ਦੇ ਵਿੱਚ ਤੁਹਾਡੇ ਕਹਿਣ ਤੇ ਥੋੜੀ ਮੈਂ ਕੰਪੇਅਰ ਕਰਨਾ ਹੈ। ਨਹੀਂ ਤੁਸੀਂ ਕਰੋ ਸਰ, ਮੈਂ ਤਾਂ ਤੁਹਾਨੂੰ ਕਹਿ ਰਿਹਾ ਨਾ ਕਿ ਤੁਸੀਂ ਕੰਪੇਅਰ 47 ਤੋਂ ਪਹਿਲਾਂ ਵਾਲੇ ਕਰ ਰਹੇ ਹੋ, ਫਿਰ ਇੱਕ ਵਾਰੀ ਤੁਸੀਂ 47 ਤੋਂ ਬਾਅਦ ਵਾਲੇ ਕਰ ਰਹੇ ਹੋ। ਐਂਕਰ ਬਣ, ਤੁਸੀਂ ਐਂਕਰ ਬਣ ਕੇ ਰਹੋ। ਨਹੀਂ ਫਿਰ ਐਂਕਰ ਹੀ ਹੈ ਨਾ ਸਰ, ਮੈਂ ਤਾਂ ਸਵਾਲ ਪੁੱਛੂੰਗਾ ਨਾ ਤੁਹਾਨੂੰ। ਨਹੀਂ ਤੁਸੀਂ ਸਵਾਲ ਪੁੱਛੋ, ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਇੱਕ ਸੈਕਿੰਡ ਸਰ, ਇੱਕ ਸੈਕਿੰਡ ਸੁਣ ਲਓ, ਮੇਰਾ ਜਵਾਬ ਵੀ ਤਾਂ ਨਸ਼ਰ ਹੋਣ ਦੋ ਨਾ। ਨਹੀਂ ਉਹ ਤਾਂ ਹੋ ਰਿਹਾ ਸਰ, ਮੈਂ ਤਾਂ ਤੁਹਾਨੂੰ ਬਿਲਕੁਲ ਬੋਲਣ ਦਾ ਸਮਾਂ ਦੇ ਰਿਹਾ, ਬਿਲਕੁਲ ਮੇਰੀ ਲਾਸਟ ਗੱਲ ਸੁਣ ਲਓ ਜੀ। ਮੈਂ ਇਹ ਗੱਲ ਕਹਿ ਰਿਹਾ ਕਿ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਜੀ, ਉਹਨਾਂ ਦੇ ਨਾਲ ਇਹ ਕੋਈ ਸਹਿਮਤ ਹੁੰਦਾ ਜਾਂ ਨਹੀਂ ਹੁੰਦਾ, ਇਹ ਮੇਰਾ ਸਵਾਲ ਨਹੀਂ ਹੈ। ਮੇਰਾ ਸਵਾਲ ਹੈ ਕਿ ਜਿਹੜੇ ਲੋਕ ਸੁਣ ਰਹੇ ਨੇ, ਜੇ ਮੈਂ ਉਹਨਾਂ ਨੂੰ ਆਪਣੇ ਨਾਲ ਚਲਾ ਸਕਿਆ ਤਾਂ ਮੈਂ ਆਪਣੀ ਗੱਲ ਦਾ ਜਿਹੜਾ ਮੇਰਾ ਕਾਰਨ ਹੈ ਗੱਲ ਕਹਿਣ ਦਾ, ਉਹ ਪੂਰਾ ਹੋ ਜਾਊਗਾ। ਚਲੋ ਠੀਕ ਹੈ, ਦੇਖੋ ਜਿਹੜਾ ਪੁਆਇੰਟ ਤੁਸੀਂ ਬੋਲ ਰਹੇ ਹੋ ਸਰ, ਉਹ ਤਾਂ ਲਾਜ਼ਮੀ ਤੌਰ ਤੇ ਹੈ ਕਿ ਜੇ ਮੈਂ ਕੋਈ ਗੱਲ ਕਹਿ ਰਿਹਾ ਮੇਰੇ ਤਰਕਾਂ ਦੇ ਨਾਲ ਜਾਂ ਮੇਰੇ ਬੋਲੇ ਹੋਏ ਸ਼ਬਦਾਂ ਦੇ ਨਾਲ, ਹੋ ਸਕਦਾ ਤੁਸੀਂ ਸਹਿਮਤ ਨਾ ਹੋਵੋ। ਉਸੇ ਤਰੀਕੇ ਨਾਲ ਜੋ ਤੁਸੀਂ ਬੋਲ ਰਹੇ ਹੋ, ਸਕਦਾ ਕਿ ਮੈਂ ਸਹਿਮਤ ਨਾ ਹੋਵਾਂ, ਹੋ ਸਕਦਾ ਕਿ ਪੰਜਾਬ ਦੇ ਵਿੱਚ ਲੋਕ ਸਹਿਮਤ ਨਾ ਹੋਣ, ਉਸ ਦੇ ਵਿੱਚ ਤਾਂ ਕੋਈ ਹਾਂ, ਉਸ ਦੇ ਵਿੱਚ ਤਾਂ ਗਹਿਰਵਾਦੀ ਥੋੜਾ ਜਿਹਾ। ਮੈਂ ਤਾਂ ਲੋਕਾਂ ਵਾਸਤੇ ਬੋਲ ਰਿਹਾ, ਇਹਨਾਂ ਚਾਰ ਬੰਦਿਆਂ ਵਾਸਤੇ ਮੈਂ ਨਹੀਂ ਬੋਲ ਰਿਹਾ, ਇਹ ਮੇਰੇ ਵਾਸਤੇ ਨਹੀਂ ਬੋਲ ਰਹੇ। ਨਹੀਂ ਉਹ ਤਾਂ ਪੁਆਇੰਟ ਹੈ ਸਰ, ਉਹ ਤਾਂ ਓਬਵੀਅਸ ਹੈ ਕਿ ਤੁਸੀਂ ਅੱਜ ਚਰਚਾ ਦੇ ਵਿੱਚ ਸ਼ਾਮਲ ਹੋ ਤਾਂ ਪੂਰਾ ਪੰਜਾਬ, ਪੰਜਾਬੀ ਦੁਨੀਆ 'ਚ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਸਾਨੂੰ ਲੋਕ ਦੇਖ ਰਹੇ ਹਨ, ਦੁਨੀਆ ਸੁਣ ਰਹੀ ਹੈ। ਹਾਂ ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਅਹਿਬਾਬ ਜੀ ਥੋੜਾ ਇੰਤਜ਼ਾਰ ਕਰਿਓ, ਮੈਂ ਗੁਰਚਰਨ ਜੀ ਦਾ ਇੱਕ ਵਾਰੀ ਰੁਕ ਕਰਨਾ। ਗੁਰਚਰਨ ਗਰੇਵਾਲ ਜੀ, ਪਹਿਲਾਂ ਤਾਂ ਇਹ ਵੀ ਦੱਸੋ ਮੇਰੇ ਸਵਾਲ ਦਾ ਜ਼ਿਕਰ, ਜੋ ਮੈਂ ਪਹਿਲਾਂ ਵੀ ਕਰਨਾ ਚਾਹ ਰਿਹਾ ਸੀਗਾ, ਕਿ ਫੋਟੋ ਨੂੰ ਹਟਾਉਣ ਵਾਲੀ ਮੰਗ ਦੇ ਉੱਤੇ SGPC ਕੀ ਵਿਚਾਰ ਕਰ ਰਹੀ ਹੈ, ਤੇ ਦੂਜਾ ਕਿ ਤੁਸੀਂ ਵਿਰੋਧ ਕਰਦੇ ਹੋ ਇਸਦਾ ਕਿ ਨਹੀਂ, ਕਿ ਉੱਥੇ ਜਿਹੜੀ ਤਸਵੀਰ ਲੱਗੀ ਹੋਈ ਹੈ ਉਸ ਨੂੰ ਹਟਾਉਣਾ ਜਾਂ ਹਟਾਉਣ ਦੀ ਮੰਗ ਕਰਨਾ ਗਲਤ ਹੈ? ਦੇਖੋ ਮੈਂ ਨਾ ਜੀ, ਇਹ ਹੈਗਾ ਸਾਡਾ ਧਾਰਮਿਕ ਮੁੱਦਾ,
ਕਿਰਪਾ ਕਰਕੇ ਇਸ ਮੁੱਦੇ ਨੂੰ ਮੈਂ ਵਾਰ ਸਾਹਿਬ ਮੇਰੇ ਭਰਾ ਨੇ ਮੇਰੇ ਗਰੇਵਾਲ ਭਾਈ ਨੇ ਇਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਮੈਂ ਪਹਿਲਾਂ ਗੱਲ ਦੱਸਦੀ ਆ ਕਿ ਇਹ ਜਿਹੜੀ ਸਿੱਖ ਅਜਾਇਬ ਘਰ ਆ ਉਸ ਅਜਾਇਬ ਘਰ ਚ ਤਸਵੀਰ ਲਾਉਣ ਦਾ ਇੱਕ ਮਿਆਰ ਹੈ। ਅਸੀਂ ਸ਼ਹੀਦ ਭਗਤ ਸਿੰਘ ਦਾ ਸਤਿਕਾਰ ਕਰਦੇ ਹਾਂ, ਉਹ ਅਜਾਇਬ ਘਰ ਚ ਨਾ ਵੀ ਹੋਵੇ ਤਾਂ ਵੀ ਉਹਨੇ ਦੇਸ਼ ਦੀ ਆਜ਼ਾਦੀ ਵਾਸਤੇ ਕੁਰਬਾਨੀ ਕੀਤੀ। ਇਹਦੇ ਕੋਈ ਰੌਲਾ ਨਹੀਂ, ਇਹ ਵਿਵਾਦ ਨਹੀਂ ਹੈਗਾ। ਹੁਣ ਮੁੱਦਾ ਇਹ ਆ ਕਿ ਦੇਖੋ ਸਿੱਖ ਅਜਾਇਬ ਘਰ ਦੇ ਵਿੱਚ ਜਿਹੜਾ ਉਹ ਤਸਵੀਰ ਲਾਈ ਗਈ ਤਾਂ ਉਹਦੀ ਬੁਨਿਆਦ ਆ ਸੀਗੀ ਜਿਹੜੀ ਮੈਂ ਦੱਸਿਆ ਵੀ ਚਿੱਠੀਆਂ ਚਿੱਠੀਆਂ ਸਾਡੇ ਲਈ ਬੜੀਆਂ ਅਹਿਮ ਨੇ। ਜੇ ਇਹਨਾਂ ਨੇ ਵਿਚਾਰ ਦਿੱਤੀ ਆ ਤੇ ਵਿਚਾਰ ਦੇਣਾ ਕੋਈ ਗੁਨਾਹ ਨਹੀਂ ਗਾ। ਇਹਨਾਂ ਦੇ ਵਿਚਾਰ ਨਾਲ ਕੋਈ ਸਹਿਮਤ ਹੈ ਜਾਂ ਨਹੀਂ ਸਹਿਮਤ ਹੈ ਤੁਹਾਡੇ ਸਾਹਮਣੇ ਆ। ਜੋ ਅੱਜ ਕੋਈ ਇਹ ਫੈਸਲਾ ਇੰਨੀ ਜਲਦੀ ਹੋਣ ਵਾਲਾ ਨਹੀਂ ਹੈ, 56 ਸਾਲ ਪਹਿਲਾਂ ਦੀ ਇਹ ਗੱਲ ਆ। ਉਦੋਂ ਫੈਸਲਾ ਲਿਆ ਗਾ ਹੋਏਗਾ, ਕਿਸ ਸੰਦਰਭ ਚ ਲਿਆ ਹੋਏਗਾ। ਅੱਜ ਇੱਥੇ ਇਹ ਗੱਲ ਮੈਂ ਕਹਿੰਦਾ ਕਿ ਅੱਜ ਇਮਾਨ ਸਿੰਘ ਜੀ ਜਦੋਂ ਉਦੋਂ ਗਏ ਉਹਨਾਂ ਨੇ ਏਦਾਂ ਸ਼ੋਅ ਕੀਤਾ ਟੀਵੀ ਚੈਨਲ ਤੇ ਕਿ ਆ ਜਿਹੜਾ ਧਾਮੀ ਸਾਹਿਬ ਆ ਇਹੀ ਇਸ ਗੱਲ ਦੇ ਕਸੂਰਵਾਰ ਆ। ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਬੜੀ ਵੱਡੀ ਵਿਚਾਰ ਮੰਗਦੀਆਂ ਨੇ, ਬਹੁਤ ਵੱਡੇ ਤੌਰ ਤੇ ਇਹਦੇ ਤੇ ਚਰਚਾ ਹੋਏਗੀ, ਇਹਦੇ ਸਿਆਣੇ ਲੋਕ ਆਉਣਗੇ ਕਿ ਇਹ ਜਿਹੜਾ ਉੱਥੇ ਤਸਵੀਰ ਲੱਗਦੀ ਆ ਕਿ ਉਸਦੇ ਮਿਆਰ ਦੇ ਵਿੱਚ ਮੁੜ ਤੋਂ ਅਸੀਂ ਵਿਚਾਰ ਕਰਦੇ ਹਾਂ ਕਿ ਇਹ ਠੀਕ ਨੇ। ਉਹਨਾਂ ਦਾ ਪਰਿਵਾਰ ਇਹ ਦੱਸੇਗਾ। ਮਤਲਬ ਤੁਸੀਂ ਇੱਕ ਚੀਜ਼ ਕਲੀਅਰ ਕਰ ਰਹੇ ਹੋ ਕਿ ਜਿਹੜੀ ਮੰਗ ਜਾਂ ਫਿਰ ਉਹਨਾਂ ਨੇ ਜਿਹੜਾ ਵਿਚਾਰ ਰੱਖਿਆ ਉਸਦੇ ਉੱਤੇ SGPC ਵਿਚਾਰ ਕਰੇਗੀ ਕਿ ਵਾਕਈ ਭਗਤ ਸਿੰਘ ਦੀ ਉੱਤੇ ਤਸਵੀਰ ਰਹਿਣੀ ਚਾਹੀਦੀ ਹੈ ਕਿ ਨਹੀਂ। ਦੇਖੋ ਗੱਲ 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 ਕਲੀਅਰ ਆ ਜੀ, ਵਿਚਾਰ ਤਾਂ ਕੋਈ ਵੀ ਸਿੱਖ SGPC ਕੋਲ ਵਿਚਾਰ ਰੱਖਦਾ ਤੇ ਉਹ ਤੁਹਾਡੇ ਕੋਲ ਹੁਣ ਆਏ ਨੇ ਮਹਿੰਦਰ ਸਿੰਘ ਹੋਣੀ, ਇਹਨਾਂ ਨੇ ਆਪਣੇ ਵਿਚਾਰ ਰੱਖੇ ਤੇ ਤੁਸੀਂ ਇਹਨਾਂ ਦੇ ਵਿਚਾਰ ਸੁਣੇ ਹੀ ਆ। ਉਹ ਮੇਰਾ ਕਹਿਣ ਦਾ ਮਤਲਬ ਆ ਕਿ ਮੇਰੇ ਪੱਖ ਨੂੰ ਸਮਝਿਆ ਜਾਵੇ, ਠੀਕ ਹੈ। ਅੱਜ ਤੋਂ 56 ਸਾਲ ਪਹਿਲਾਂ ਜਿਹੜਾ ਫੈਸਲਾ ਹੋਇਆ ਸੀ, ਮੈਂ ਜਿਹੜੀ ਮੇਰੀ ਗੱਲ ਪੂਰੀ ਹੋਣ ਜੀ ਹੁਣ ਰਹੀ ਗੱਲ, ਇਸ ਗੱਲ ਨੂੰ ਮੈਂ ਕਲੀਅਰ ਤਾਂ ਕਰਕੇ ਕੀਤਾ, ਭਗਤ ਸਿੰਘ ਦੇਸ਼ ਲਈ ਕੁਰਬਾਨ ਹੋਏ, ਇਸ ਗੱਲ ਦੀ ਸਤਿਕਾਰ ਹੈ। ਜਿਹੜਾ ਉਹਦਾ ਮਿਆਰ ਹੈ ਉਸ ਮਿਆਰ ਮੁਤਾਬਕ ਤਸਵੀਰ ਲਾਈ ਗਈ ਸੀ। ਇਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਆਪਣੀ ਡਿਸੀਜ਼ਨ ਦੇ ਮੁਤਾਬਕ ਕੋਈ ਵੀ ਕੋਰਟ ਦੇ ਵਿੱਚ ਅਰਜੀ ਲਾਉਂਦਾ ਉਹ ਭਾਵੇਂ ਝੂਠਾ ਹੋਵੇ ਸੱਚਾ ਹੋਵੇ ਉਹਦੀ ਅਰਜੀ ਤੇ ਵਿਚਾਰ ਹੁੰਦੀ ਆ। ਇਹ ਗੱਲ ਅੱਜ ਦੇ ਤਰੀਕ ਦੀ ਗੱਲ ਆ, ਰਹੀ ਗੱਲ ਹੁਣ ਮੈਨੂੰ ਲੱਗਦਾ ਸੀ ਵੀ ਇਹ ਇਸ ਗੱਲ ਨੂੰ ਇੱਕ ਵਧੀਆ ਢੰਗ ਨਾਲ ਵਿਚਾਰਿਆ ਜਾਏਗਾ। ਪ੍ਰੋਫੈਸਰ ਸਾਹਿਬ ਦੀ ਦਲੀਲ ਆਪਣੇ ਥਾਂ ਤੇ ਹੋਏਗੀ, ਮੈਂ ਆਪਦਾ ਕਲੀਅਰ ਕਰਤਾ। ਤੇ ਇੱਥੇ ਮੈਨੂੰ ਬੜਾ ਅਫਸੋਸ ਹੋਇਆ ਇਸ ਗੱਲ ਦਾ ਕਿ ਸਾਡੇ ਭਰਾ ਬਾਬ ਗਰੇਵਾਲ ਜੀ ਜਿਹੜਾ ਕੁਛ ਸਿਮਰਨਜੀਤ ਸਿੰਘ ਮਾਨ 3 ਮਹੀਨੇ ਬਾਅਦ ਇਹਨਾਂ ਦੇ ਜਿਹੜੀ ਰਾਜਧਾਨੀ ਆ ਆਮ ਆਦਮੀ ਦੀ ਉੱਥੇ ਇਹਨਾਂ ਦਾ ਜਲੂਸ ਕੱਢ ਕੇ ਆਏ ਆ, ਇਹਨਾਂ ਨੂੰ ਉਸ ਤੋਂ ਬਾਹਰ ਨਹੀਂ ਨਿਕਲੇ ਹਾਲੇ, ਇਹ ਸਦਮੇ ਚੋਂ ਨਿਕਲ ਹੀ ਨਹੀਂ ਰਹੇ। ਇਹ ਗੱਲ ਕਿਸੇ ਦਾ ਕੋਈ ਪਾਸੇ ਦੀ ਆ, ਕਿਹੜੇ ਡਿੱਗੇ ਖੋਤੀ ਤੋਂ ਗੁੱਸਾ ਘੁਮਿਆਰ ਤੇ, ਮਾਫ਼ ਕਰਨਾ ਕਹਾਵਤ ਆ, ਮੈਂ ਕਿਸੇ ਨੂੰ ਲਾ ਕੇ ਨੀ ਕਹਿ ਰਿਹਾ। ਇਹ ਗਰੇਵਾਲ ਸਾਹਿਬ ਆਪਣਾ ਆਪ ਦਾ ਸਭ ਠੀਕ ਹੈ, ਚਲੋ ਮੈਂ ਜਵਾਬ ਲੈ ਲਵਾਂ ਸਰ, ਉਮੀਦ ਹੈ ਤੁਹਾਡੀ ਤੁਹਾਡੀ ਗੱਲ ਕੰਪਲੀਟ ਹੋ ਗਈ ਹੋਏਗੀ ਅਹਿਬਾਬ ਜੀ। ਠੀਕ ਹੈ, ਠੀਕ ਹੈ, ਚਲੋ ਆਪਾਂ ਜਵਾਬ ਲੈ ਲਈਏ ਅਹਿਬਾਬ ਜੀ, ਠੀਕ ਹੈ, ਤੁਸੀਂ ਆਪਣੀ ਗੱਲ ਰੱਖੋ, ਸਮਾਂ ਖਰਾਬ ਨਾ ਹੋਵੇ ਆਪਣਾ। ਵੈਸ਼ਨੋ ਦੇਵੀ ਦਾ ਭਗਤ ਹੈ, ਗੱਲ ਸੁਣ ਲੋ ਗੱਲ ਇਹ ਹੈ, ਗੱਲ ਇਹ ਹੈ, ਅੱਜ ਦਾ ਕੰਮ ਕੀ ਹੈ, ਏਜੰਡਾ। ਮਹਾਨ ਦਲ ਕਹਿ ਰਿਹਾ ਜਿੰਨਿਆਂ ਨੂੰ ਅਸੀਂ ਸੁਣਾਉਣੀ ਹੈ ਅਸੀਂ ਸੁਣਾ ਲੈਣੀ ਹੈ, ਅਕਾਲੀ ਦਲ ਕਹਿ ਰਿਹਾ ਅਸੀਂ ਵਿਚਾਰ ਕਰਾਂਗੇ ਸ਼ਹਿਰ ਹਟਾਉਣੀ ਪੈ ਜਾਵੇ ਸ਼ਹਿਰ ਹਟਾਉਣੀ, ਬੀਜੇਪੀ ਕਹਿ ਰਿਹਾ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ, ਬੀਜੇਪੀ ਇੱਕ ਪੱਤੇ ਤੇ ਕੋਈ ਕੁਛ ਬੋਲ ਦੇਵੇ ਮੇਰੀਆਂ ਭਾਵਨਾਵਾਂ ਆਹਤ ਹੋ ਗਈਆਂ। ਕੋਈ ਕਹਿ ਰਿਹਾ ਜੀ ਗੋਡਸੇ ਦਾ ਮੰਦਿਰ ਬਣਾਵਾਂਗੇ, ਮਹਾਤਮਾ ਗਾਂਧੀ ਦੇ ਮੂੰਹ ਚੋਂ ਅਸੀਂ ਖੂਨ ਕੱਢਾਂਗੇ। ਇਹ ਆਲਰੇਡੀ ਇਹ ਕਰ ਚੁੱਕੇ ਆ। ਜੇ ਹਿੰਮਤ ਹੈ ਤਾਂ ਸ਼ਹੀਦਾਂ ਨੂੰ ਇਨਸਲਟ, ਜਿਹਨਾਂ ਨੇ ਜਾਨਾਂ ਦਿੱਤੀਆਂ ਸ਼ਹੀਦਾਂ ਨੂੰ ਇਨਸਲਟ ਕਰਨ ਵਾਲਿਆਂ ਦੇ ਖਿਲਾਫ਼ ਕਾਨੂੰਨ ਬਣਾਓ, ਨੰਬਰ ਇੱਕ। ਨੰਬਰ ਦੋ, ਇਹਨਾਂ ਨੇ ਲਾਲਾ ਲਾਜਪਤ ਰਾਏ ਤੇ ਡਾਕਟਰ ਅੰਬੇਦਕਰ ਦੀ ਗੱਲ ਕੀਤੀ। ਲਾਲਾ ਲਾਜਪਤ ਰਾਏ ਕਹਿ ਰਹੇ ਸੀ ਸਾਈਮਨ ਕਮਿਸ਼ਨ ਗੋ ਬੈਕ, ਡਾਕਟਰ ਅੰਬੇਦਕਰ ਨੇ ਪਹਿਲਾਂ ਕਿਹਾ ਆ ਲੈਣ ਦਿਓ ਗੱਲ ਕਰਾਂਗੇ। ਜੇ ਹਿਸਟਰੀ ਬਾਰੇ ਜਾਣਨਾ ਤਾਂ ਡਾਕਟਰ ਅੰਬੇਦਕਰ ਦੀ ਕਿਤਾਬ ਪੜ੍ਹੋ। ਲਾਲਾ ਲਾਜਪਤ ਰਾਏ ਨੇ ਡਾਕਟਰ ਅੰਬੇਦਕਰ ਨੂੰ ਚਿੱਠੀ ਲਿਖ ਕੇ ਆਪਣੇ ਤਰਕ ਦਿੱਤੇ, ਡਾਕਟਰ ਅੰਬੇਦਕਰ ਦੇ ਤਰਕ ਵਾਪਸ ਦਿੱਤੇ। ਤੀਜੀ ਚਿੱਠੀ ਤੇ ਡਾਕਟਰ ਅੰਬੇਦਕਰ ਕਹਿੰਦੇ ਕਿ ਜੇ ਤੁਹਾਡੇ ਤਰਕ ਸਹੀ ਨਹੀਂ ਮੈਂ ਉਹਨਾਂ ਦਾ ਵਿਰੋਧ ਕਰੂੰਗਾ। ਡਾਕਟਰ ਅੰਬੇਦਕਰ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਐਂਡ ਡਾਕਟਰ ਅੰਬੇਦਕਰ ਨੇ ਕਿਹਾ ਕਿ ਹਾਂ ਇਹ ਸਾਨੂੰ ਵੰਡਣ ਲਈ ਆ ਰਿਹਾ। ਸੋ ਗੱਲ ਇਹ ਹੈ ਸਰ, ਗੱਲ ਇਹ ਹੈ, ਹਿਸਟਰੀ ਨੂੰ ਡਿਸਟੋਰਟ ਕੀਤਾ ਜਾ ਰਿਹਾ,
ਆਪਣੇ ਆਪਣੇ ਏਜੰਡੇ ਚਲਾਏ ਜਾ ਰਹੇ ਆ ਐਂਡ ਚਲਾਏ ਤਾਂ ਜਾ ਰਹੇ ਆ। ਬੀਜੇਪੀ ਇਹ ਪਤਾ ਕਿ ਸਾਡਾ ਏਜੰਡਾ ਇਹ ਸਾਨੂੰ ਕਹਿ ਰਹੇ ਆ ਉਹ ਸਾਡੇ ਤੋਂ ਤਾਂ 4-5 ਹਜ਼ਾਰ ਵੋਟ ਦਾ ਫਰਕ ਸੀ ਜੀ, ਅਸੀਂ ਤਾਂ 2 SHO ਲਾਏ ਹੁੰਦੇ, ਅਸੀਂ ਤਾਂ ਲੈ ਜਾਂਦੇ, ਅਸੀਂ ਉਹ ਕੰਮਾਂ ਚੋਂ ਤੁਹਾਡੇ ਵਾਲਿਆਂ ਚੋਂ ਬਾਹਰ ਨਿਕਲ ਗਏ, ਤੁਸੀਂ ਸਿੱਖ ਅਜਾਇਬ ਘਰ ਚੋਂ ਫੋਟੋ ਹਟਾਓਗੇ, ਤੁਸੀਂ ਸਿੱਖ ਹਿੰਦੂ ਪੋਲਰਾਈਜੇਸ਼ਨ ਕਰੋਗੇ। ਪਰ 1970s, 60s, 70s, 80s ਦਾ ਪੰਜਾਬ, 2022 ਦਾ ਪੰਜਾਬ ਹੈ ਨੀ। ਪੰਜਾਬ ਦੇ ਬੱਚੇ ਹੁਣ ਨਹੀਂ ਵੰਡੇ ਜਾਣਗੇ। ਜਿਹੜਾ ਤੁਸੀਂ ਕਹਿ ਰਹੇ ਹੋ ਨਾ ਏਜੰਡਾ, ਉਹ ਜਿਹੜਾ ਬੀਜੇਪੀ ਦਾ ਨੈਸ਼ਨਲ ਏਜੰਡਾ, ਮੈਂ ਕਹਿੰਦਾ ਸ਼ਹੀਦਾਂ ਨੂੰ ਸ਼ਹੀਦ ਮੰਨੋ, ਅਸ਼ਫਾਕ ਉੱਲਾ ਖਾਨ ਨੂੰ ਵੀ ਤੁਸੀਂ ਜੀ ਤੁਸੀਂ ਨਹੀਂ। ਪਰ ਦੇਖੋ ਅਹਿਬਾਬ ਜੀ, ਇੱਕ ਤਾਂ ਤੁਸੀਂ ਜ਼ਿਕਰ ਵਾਰ ਵਾਰ ਪੋਲੀਟੀਕਲ ਕਰ ਰਹੇ ਹੋ ਕਿ ਪੋਲੀਟਿਕਸ ਹੈ ਇਸ ਦੇ ਪਿੱਛੇ, ਬੀਜੇਪੀ ਦਾ ਵਿਰੋਧ ਕਰ ਰਹੀ ਹੈ, ਬੀਜੇਪੀ ਤਾਂ ਖੁੱਲ ਕੇ ਵਿਰੋਧ ਕਰ ਰਹੀ ਹੈ। ਕਾਂਗਰਸ ਨੇ ਜਦੋਂ ਅੱਤਵਾਦੀ ਕਿਹਾ ਤਾਂ ਕਾਂਗਰਸ ਨੇ ਬੜਾ ਖੁੱਲ ਕੇ ਵਿਰੋਧ ਕੀਤਾ ਕਿ ਨਹੀਂ ਮਾਨ ਸਾਹਿਬ ਦੀ ਇਹ ਸਟੇਟਮੈਂਟ ਠੀਕ ਨਹੀਂ ਹੈ, ਸੋਚ ਕੇ ਬੋਲਣਾ ਚਾਹੀਦਾ ਉਹਨਾਂ ਨੂੰ, ਵਿਚਾਰ ਕਰਕੇ ਬੋਲਣਾ ਚਾਹੀਦਾ। ਬਿਲਕੁਲ ਬਰੂਤ ਮੈਜੋਰਿਟੀ ਹੈ, ਇੱਕ ਵਾਰੀ ਕਹਿ ਦੇਣ ਕਿ ਜਿਹੜਾ ਇਸ ਦੇਸ਼ ਦੇ ਲਈ ਮਰਨ ਵਾਲਿਆਂ ਦੀ, ਜਿਹੜੇ ਆਪਾਂ ਰੱਬ ਅਚੀਵ ਕਰਦੇ ਹਾਂ, ਕਿਸੇ ਨੇ ਰੱਬ ਤਾਂ ਨਹੀਂ ਦੇਖਿਆ ਨਾ, ਉਹਨਾਂ ਦੇ ਖਿਲਾਫ਼ ਤਾਂ ਜੇ ਕੁਛ ਬੋਲਦੇ ਉਹਦੇ ਖਿਲਾਫ਼ ਤਾਂ ਸਜ਼ਾ, ਪਰ ਦੇਸ਼ ਦੇ ਲਈ ਜਿਹੜੇ ਲੋਕ ਇਤਿਹਾਸ 'ਚ ਦਰਜ ਹੈ ਮਰੇ ਹੈ, ਜਿਹੜੇ ਮਰੇ ਆ, ਜਿਹਦੇ ਚ ਭਗਤ ਸਿੰਘ, ਰਾਜਗੁਰੂ, ਸੁਖਦੇਵ, ਅਸ਼ਫਾਕ ਉੱਲਾ ਖਾਨ, ਹਿੰਦੂ ਮੁਸਲਮਾਨ ਸਾਰੇ ਨੇ, ਸਿੱਖ ਨੇ, ਸਾਰੇ ਨੇ, ਈਸਾਈ ਨੇ, ਉਹਨਾਂ ਦੇ ਖਿਲਾਫ਼ ਕਾਨੂੰਨ ਤਾਂ ਲਿਆਵੇ ਬੀਜੇਪੀ ਲਿਆਵੇ ਕਿ ਜਿਹੜਾ ਕੋਈ ਸ਼ਹੀਦ ਦੀ ਬੇਇੱਜ਼ਤੀ ਕਰੂਗਾ ਉਹਨੂੰ ਫੜ ਕੇ ਅੰਦਰ ਦੇਵਾਂਗੇ, ਤਾਂ ਕਿ ਕੱਲ ਸਿਮਰਨਜੀਤ ਸਿੰਘ ਸਟੇਟ ਲੈਵਲ ਤੇ ਵੀ ਆ ਜਾਂਦੇ ਨੇ ਸਰ, ਕਾਨੂੰਨ ਤਾਂ ਸਟੇਟ ਲੈਵਲ ਤੇ ਵੀ ਆ ਜਾਂਦੇ ਨੇ, ਜਿਹੜਾ 295A ਕਿਹਾ ਸੀ ਵਾਪਸ ਕੀ ਹੋਇਆ, 295A ਭੇਜਿਆ ਕਾਂਗਰਸੀਆਂ ਨੇ ਭੇਜਿਆ, ਉਹਨਾਂ ਨੇ ਕੀ ਕਿਹਾ ਸਾਰੇ ਧਰਮਾਂ ਦਾ ਬਣਾ ਕੇ ਭੇਜੋ ਫਿਰ ਅਸੀਂ ਕੰਸਿਡਰ ਕਰਾਂਗੇ, ਆਮ ਆਦਮੀ ਪਾਰਟੀ ਇਹ ਕਾਨੂੰਨ ਬਣਾ ਰਹੀ ਹੈ।